ਇੰਟਰਨੈਸ਼ਨਲ ਏਅਰਪੋਰਟ ਤੇ ਇੱਕ ਵਿਵਾਦ ਹੋਇਆ ਸੀਗਾ, ਹਾਲਾਂਕਿ ਹੁਣ ਵਿਵਾਦ ਲਗਾਤਾਰ ਵੱਧਦਾ ਗਿਆ। ਇਸ ਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸੀਐਸਐਫ ਵੱਲੋਂ ਇੰਟਰਨਲ ਸਿਕਿਉਰਿਟੀ ਦਾ ਮੁੱਦਾ ਹੈ, ਇਸ ਕਰਕੇ ਉਹਨਾਂ ਵੱਲੋਂ ਲਗਾਤਾਰ ਮੀਟਿੰਗਸ ਕੀਤੀ ਜਾ ਰਹੀ ਹੈ, ਇੰਟਰਨਲੀ ਉਹਨਾਂ ਦੀ ਮੀਟਿੰਗਸ ਦਾ ਦੌਰ ਜਾਰੀ ਹੈ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਕਿਉਂਕਿ ਪੰਜਾਬ ਪੁਲਿਸ ਬਾਹਰ ਅਥਾਰਟੀ ਜਿਹੜੀ ਏਅਰਪੋਰਟ ਅਥਾਰਟੀ ਹੈ ਉਹਦੇ ਬਾਹਰ ਪੰਜਾਬ ਪੁਲਿਸ ਦਾ ਦਾਇਰਾ ਪੈਂਦਾ, ਉੱਥੇ ਤੱਕ ਵੀ ਗੱਲ ਪਹੁੰਚੀ ਹੈ। ਇਹਨਾਂ ਦੀ ਵੀ ਲਗਾਤਾਰ ਮੀਟਿੰਗ ਚੱਲ ਰਹੀ ਹੈ। ਸੀਨੀਅਰ ਅਧਿਕਾਰੀ ਸਾਡੇ ਨਾਲ ਪਹੁੰਚੇ ਨੇ, ਡਿਪਟੀ ਸੁਪਰਡੈਂਟ ਆਫ ਪੁਲਿਸ ਕੇ ਐਸ ਸੰਧੂ ਵੀ ਸਾਡੇ ਨਾਲ ਨੇ। ਸਰ, ਸਭ ਤੋਂ ਪਹਿਲਾਂ, ਕਿਉਂਕਿ ਕੱਲ੍ਹ ਇਹ ਜਿਹੜਾ ਵਿਵਾਦ ਹੋਇਆ, ਸਾਰੀ ਚੀਜ਼ਾਂ ਨੂੰ ਲੈ ਕੇ ਤੁਸੀਂ ਵੀ ਮੀਟਿੰਗ 'ਚ ਮੌਜੂਦ ਸੀ, ਹੁਣ ਤੱਕ ਦੀ ਅਸੀਂ ਗੱਲ ਕਰ ਲਈ, ਕੁਝ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ? ਸਾਨੂੰ ਲੇਟ ਨਾਈਟ ਰਾਤ ਸੀਆਈਐਸਐਫ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਜੋ ਕੁਛ ਅੰਦਰ ਹੋਇਆ, ਉਹਦੇ ਰਿਗਾਰਡਿੰਗ ਅਸੀਂ ਫਿਰ ਉਹਦੀ ਪੜਤਾਲ ਕਰ ਰਹੇ ਹਾਂ। ਰਾਤ ਵੀ ਅਸੀਂ ਕੁਛ ਮੀਟਿੰਗਸ ਇਹਦੇ ਸੰਬੰਧ 'ਚ ਮੀਟਿੰਗ ਕੀਤੀ ਸੀ ਸੀਆਈਐਸਐਫ ਨਾਲ, ਅਤੇ ਹੁਣ ਵੀ ਅਸੀਂ ਸੀਸੀਟੀਵੀ ਦੀ ਮਤਲਬ ਪੜਤਾਲ ਕਰ ਰਹੇ ਹਾਂ, ਜੋ ਸੀਸੀਟੀਵੀ ਦੀ ਰਿਪੋਰਟ ਤੋਂ ਬਾਅਦ ਦੇਖਿਆ ਜਾਵੇ, ਦੇਖਾਂਗੇ ਜੋ। ਸਰ, ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ FIR ਦਰਜ ਹੋ ਚੁੱਕੀ ਹੈ, ਇਸ ਤਰ੍ਹਾਂ ਦਾ ਕੋਈ ਮਾਮਲਾ ਹੈ? ਨਹੀਂ, ਹਜੇ ਤੱਕ ਤਾਂ ਕੋਈ FIR ਵਾਲੀ ਗੱਲ ਨਹੀਂ ਹੈਗੀ, ਨਾ ਕੋਈ ਦਰਜ ਹੋਈ ਹੈ, ਇਹਦੇ ਅਸੀਂ ਪੜਤਾਲ ਕਰ ਰਹੇ ਹਾਂ। ਠੀਕ ਹੈ। ਡਿਪਟੀ ਸਾਹਿਬ, ਕੁਛ ਕੰਪਲੇਂਟ ਜਿਹੜੀ ਆਈ ਹੈ ਉਹਦੇ 'ਚ ਕਿਸ ਤਰ੍ਹਾਂ ਦੀ ਗੱਲਾਂ ਲਿਖੀ ਗਈਆਂ? ਕਿਉਂਕਿ ਕਈ ਚੀਜ਼ਾਂ ਸਾਹਮਣੇ ਆ ਰਹੀ, ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਕੋਈ ਕਹਿੰਦਾ ਕੁਲਵਿੰਦਰ ਕੌਰ ਦੀ ਚੈਕਿੰਗ ਦੌਰਾਨ ਜਿਹੜੇ ਕੰਗਨਾ ਰਣੌਤ ਨੇ ਮਨਾ ਕੀਤਾ, ਇਸ ਕਰਕੇ ਆਤਾਪਾਈ ਹੋਈ, ਉਸ ਤੋਂ ਬਾਅਦ ਐਕਚੁਅਲ ਗੱਲ ਸਟੱਡੀ ਹੁਣ ਤੱਕ ਕੋਈ ਸਾਹਮਣੇ ਆਈ ਹੋਵੇ? ਉਹ ਸਾਰਾ ਮੈਟਰ ਅੰਡਰ ਇਨਕੁਆਇਰੀ ਹੈ ਜੀ, ਸਾਨੂੰ ਜਿਹੜਾ ਉਹਨਾਂ ਨੇ ਫੈਕਟਸ ਦੱਸੇ ਨੇ ਸੀਆਈਐਸਐਫ ਨੇ, ਉਹਦੇ 'ਤੇ ਅਸੀਂ ਸਾਰੀ ਪੜਤਾਲ ਕਰ ਰਹੇ ਹਾਂ। ਅਸਲ ਗੱਲ ਤਾਂ ਸੀਸੀਟੀਵੀ ਦੀ ਫੁਟੇਜ ਤੋਂ ਕਲੀਅਰ ਹੋਏਗੀ, ਉਹਦੇ ਬਾਰੇ ਅਸੀਂ ਡਿਟੇਲ 'ਚ ਅਸੀਂ ਜਾ ਰਹੇ ਹਾਂ, ਉਸ ਤੋਂ ਬਾਅਦ ਸਾਰੀ ਗੱਲ ਸਾਹਮਣੇ ਆਏਗੀ ਵੀ ਉਹਦੇ ਵਿੱਚ ਕੀ ਹੋਇਆ। ਡਿਪਟੀ ਸਾਹਿਬ, ਤੁਹਾਡੀ ਕੋਈ ਇੰਟਰਨਲ ਗੱਲਬਾਤ ਹੋਈ ਹੈ, ਇੰਟਰਨਲ ਤੁਹਾਡੀ ਮੀਟਿੰਗਸ ਹੋਈ ਹੈ, ਇੰਟਰਨਲ ਸਟਾਫ ਦੇ ਨਾਲ ਵੀ ਬਰੀਫਿੰਗ ਹੋਈ ਹੈ, ਤਾਂ ਕੋਈ ਗੱਲਬਾਤ ਨਿਕਲ ਕਰ ਹਜੇ ਤੱਕ ਕੋਈ ਸਾਹਮਣੇ? ਨਹੀਂ, ਹਜੇ ਕਿਸੇ ਫਾਈਨਲ ਗੱਲ 'ਤੇ ਅਸੀਂ ਨਹੀਂ ਅਸੀਂ ਪਹੁੰਚੇ ਹਜੇ ਤੱਕ, ਪਰ ਸਾਡੀਆਂ ਗੱਲਬਾਤ ਅਸੀਂ ਸਾਰੀ ਪੁੱਛਗਿੱਛ ਕਰ ਰਹੇ ਹਾਂ, ਸਾਡੀ ਗੱਲਬਾਤ ਚੱਲ ਰਹੀ ਹੈ ਸਾਰੀ, ਅਤੇ ਡਿਟੇਲ ਉਹਦੇ ਬਾਰੇ ਸਾਰੀ ਜਾਣਕਾਰੀ ਲੈ ਰਹੇ ਹਾਂ, ਤਾਂ ਕਿ ਕਿਸੇ ਪਾਸੇ ਵੀ ਕੋਈ ਰਹਿ ਨਾ ਜਾਵੇ ਨੈਗੇਟਿਵ। ਕਿਉਂਕਿ ਸਰ, ਮਾਮਲਾ ਕਾਫੀ ਸੈਂਸਿਟਿਵ ਹੈ, ਅੱਗੇ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ, ਤੁਹਾਡੀ ਸੀਐਸਐਫ ਦੇ ਇੰਟਰਨਲ ਜਿਹੜੀ ਸਿਕਿਉਰਿਟੀ ਇੰਚਾਰਜ ਨੇ, ਕਮਾਂਡਰ ਨੇ, ਉਹਨਾਂ ਨਾਲ ਮੀਟਿੰਗ ਲਗਾਤਾਰ ਜਾਰੀ ਹੈ? ਹਾਂਜੀ ਹਾਂਜੀ, ਉਹਦੇ ਬਾਰੇ ਅਸੀਂ ਲਗਾਤਾਰ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ ਵੀ ਅੱਗੇ ਤੋਂ ਇਹੋ ਜਿਹੀ ਕੋਈ ਮਤਲਬ ਇਹੋ ਜਿਹੀ ਕੋਈ ਮੱਧਭਾਗੀ ਗੱਲ ਨਾ ਹੋਵੇ, ਅਤੇ ਅਸੀਂ ਇਹਨੂੰ ਪੂਰਾ ਧਿਆਨ ਨਾਲ ਦੇਖਾਂਗੇ, ਡੂੰਘਾਈ ਦੇ ਨਾਲ ਇਹਦੇ ਬਾਰੇ ਵਿਚਾਰ ਕਰਾਂਗੇ। ਡਿਪਟੀ ਸਾਹਿਬ, ਕਿਉਂਕਿ ਜਿਹੜੇ ਸੀਨੀਅਰ ਅਧਿਕਾਰੀ ਜਾਂ ਸੀਨੀਅਰ ਜਿਹੜੇ ਲੀਡਰਸ ਪਹੁੰਚੇ ਸੀਗੇ, ਉਹਨਾਂ ਵੱਲੋਂ ਵੀ ਕਿਹਾ ਗਿਆ ਸੀਗਾ ਸਿਕਿਉਰਿਟੀ ਸਾਡੀ ਬਾਹਰ ਰਹਿੰਦੀ ਹੈ, ਅਸੀਂ ਅੰਦਰ ਜਾਂਦੇ ਤਾਂ ਅਸੀਂ ਸੇਫ ਕਿੱਥੇ ਹਾਂ, ਜਿਸ ਤਰ੍ਹਾਂ ਦੀ ਜੇਕਰ ਕੋਈ ਚੀਜ਼ ਹੋਏ, ਤਾਂ ਤੁਹਾਡੇ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਹੋਰ ਕੋਈ ਅੱਗੇ ਜਾ ਕੇ ਕਿਸੇ ਨੂੰ ਹੋਰ ਰਿਸਟ੍ਰਿਕਸ਼ਨ ਦੇਣ ਦੀ ਗੱਲ ਜਾਂ ਫਿਰ ਹੋਰ ਵੀ ਚੀਜ਼ਾਂ ਨੂੰ ਲੈ ਕੇ ਧਿਆਨ ਦਿੱਤਾ ਜਾ ਰਿਹਾ? ਨਹੀਂ, ਅੰਦਰ ਇਹੋ ਜਿਹੀ ਕਦੀ ਅਨਸੇਫਟੀ ਵਾਲੀ ਕੋਈ ਗੱਲ ਨਹੀਂ ਹੋਈ, ਇਸ ਤੋਂ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਏਅਰਪੋਰਟ ਦੇ ਵਿੱਚ ਸਾਰੇ VVIPs ਦੀ ਮੂਵਮੈਂਟ ਹੁੰਦੀ ਹੈ, ਪਤੀ ਕਦੀ ਵੀ ਅਨਸੇਫਟੀ ਵਾਲੀ ਗੱਲ ਨਹੀਂ ਹੋਈ, ਨਾ ਹੀ ਫਿਊਚਰ ਦੇ ਵਿੱਚ ਅਸੀਂ ਇਹੋ ਜਿਹੀ ਕਦੀ ਸੋਚਿਆ। ਸਾਡੇ ਅੰਦਰ ਬਿਲਕੁਲ ਵਧੀਆ ਸਿਕਿਉਰਿਟੀ ਹੁੰਦੀ ਹੈ, ਸਾਡੀ ਪੁਲਿਸ ਫੋਰਸ ਵੀ ਅੰਦਰ ਨਾਲ, ਸਾਡਾ ਪਾਸ ਬਣਦਾ, ਅਸੀਂ ਫਿਰ ਅੰਦਰ ਮੂਵ ਕਰਦੇ ਹਾਂ, ਮਤਲਬ ਇਹੋ ਜਿਹੀ ਕਦੀ ਇਹੋ ਜਿਹੀ ਗੱਲ ਨਹੀਂ ਹੋਈ, ਮਤਲਬ ਪਤਾ ਨਹੀਂ ਅਚਾਨਕ ਇਹ ਗੱਲ ਹੋਈ ਹੈ, ਵਿਚਾਰ ਕਰਦੇ ਹਾਂ। ਤੁਹਾਡੇ ਵੱਲੋਂ ਅਗੇਨ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ ਨਾ ਹੁਣ ਬਾਹਰ ਅਤੇ ਅੰਦਰ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਪੂਰਾ ਹੁਣ ਦੁਬਾਰਾ ਤੋਂ? ਨਹੀਂ, ਉਹ ਤਾਂ ਅਸੀਂ ਅੱਗੇ ਵੀ ਪੂਰਾ ਸਾਵਧਾਨ ਰਹਿੰਦੇ ਹਾਂ, ਅਸੀਂ ਏਅਰਪੋਰਟ ਬੜਾ ਸੈਂਸਿਟਿਵ ਹੈਗਾ, ਇੱਥੇ ਅਸੀਂ ਆਪਣੀ ਸਿਕਿਉਰਿਟੀ 'ਤੇ ਕਦੀ ਵੀ ਅਸੀਂ ਕੰਪਰੋਮਾਈਜ਼ ਨਹੀਂ ਕਰਦੇ, ਅਸੀਂ ਹਮੇਸ਼ਾ ਹੀ ਇਹਨੂੰ ਮਤਲਬ ਪੂਰਾ ਧਿਆਨ ਨਾਲ ਦੇਖਦੇ ਰਹਿੰਦੇ। ਅਤੇ ਹੁਣ ਕੋਈ ਕਾਰਵਾਈ ਦੀ ਗੱਲ ਆ ਵੀ ਹੁਣ ਵੀ ਤੁਹਾਡੀ ਮੀਟਿੰਗਸ ਵਗੈਰਾ ਜਾ ਰਹੀ? ਉਹ ਅਸੀਂ ਉਹਦੇ ਬਾਰੇ ਮੀਟਿੰਗ ਕਰ ਰਹੇ ਹਾਂ, ਸੀਸੀਟੀਵੀ ਦੀ ਫਾਈਨਲ ਫੋਟੋ ਅਸੀਂ ਦੇਖਣੀ ਹੈ, ਕਾਫੀ ਬਰੀਕੀ ਹੁੰਦੀ ਹੈ, ਕੈਮਰੇ ਨੂੰ ਧਿਆਨ ਨਾਲ ਦੇਖਣਾ ਪੈਂਦਾ ਅਤੇ ਟਾਈਮ ਲੱਗਦਾ, ਅਤੇ ਫਿਰ ਉਸ ਤੋਂ ਬਾਅਦ ਡਿਸਾਈਡ ਕਰਾਂਗੇ। ਜੋ ਸਰ, ਹੋਰ ਵੀ ਵੀਡੀਓ ਸਾਹਮਣੇ ਆ ਰਹੀ ਹੈ, ਜਿਹੜਾ ਪੈਸੈਂਜਰ ਜਿਹੜੇ ਲੋਕ ਸੀ ਉੱਥੇ, ਉਹਨਾਂ ਨੇ ਵੀ ਵੀਡੀਓਜ਼ ਬਣਾਈ ਸੀ, ਉਹ ਵੀ ਤੁਸੀਂ ਕਬਜ਼ੇ 'ਚ ਲਿੱਤੀ ਹੈ? ਨਹੀਂ ਨਹੀਂ, ਉਹਦੇ ਬਾਰੇ ਅਸੀਂ ਹਜੇ ਕੋਈ ਕਬਜ਼ੇ 'ਚ ਨਹੀਂ ਲਈ, ਨਾ ਕੋਈ ਸਾਡੇ ਕੋਈ ਸਾਹਮਣੇ, ਤਾਂ ਮਤਲਬ ਵੈਸੇ ਹੀ ਪਬਲਿਕ ਦੀ ਵੀਡੀਓਜ਼ ਅਸੀਂ ਦੇਖੀਆਂ ਨੇ, ਉਹਦੇ ਵਿੱਚ ਕੋਈ ਕਬਜ਼ੇ 'ਚ ਲੈਣ ਵਾਲੀ ਕੋਈ ਇਹੋ ਜਿਹੀ ਗਲਤ ਨਹੀਂ ਹਜੇ ਤੱਕ। ਕੁਲਵਿੰਦਰ ਕੌਰ ਨੂੰ ਪੁਲਿਸ ਵੱਲੋਂ ਕੋਈ ਹਿਰਾਸਤ 'ਚ ਤਾਂ ਨਹੀਂ ਲਿਆ ਗਿਆ ਜਾਂ ਇੰਟਰਨਲੀ ਉਹਨਾਂ ਦੀ ਸਿਕਿਉਰਿਟੀ? ਨਹੀਂ ਨਹੀਂ ਨਹੀਂ, ਕੋਈ ਹਿਰਾਸਤ 'ਚ ਨਹੀਂ ਲਿਆ, ਕੋਈ ਡਿਪਾਰਟਮੈਂਟਲ ਜਿਹੜੀ ਕਾਰਵਾਈ ਹੁੰਦੀ ਉਹਦੇ 'ਚ ਹਿਰਾਸਤ 'ਚ ਲੈਣ ਵਾਲੀ ਕੋਈ ਗੱਲ ਨਹੀਂ ਹੁੰਦੀ, ਤਾਂ ਉਹਨਾਂ ਦਾ ਜਿਹੜਾ ਅੱਗੇ ਜਿਸ ਤਰ੍ਹਾਂ ਡਿਊਟੀ ਚੱਲਦੀ ਹੈ ਉਸ ਤਰ੍ਹਾਂ ਹੀ ਉਹ ਜਿਹੜਾ ਰੂਟੀਨ ਸਾਡਾ ਵਰਕ ਹੁੰਦਾ ਉਹ ਅੰਦਰ ਆਪਣਾ CCJSF ਕਰ ਰਹੀ ਹੈ, ਆਪਣੀ ਰੂਟੀਨ ਡਿਊਟੀ ਕਰ ਰਹੀ ਹੈ, ਉਹ ਜਿਹੜਾ ਡਿਪਾਰਟਮੈਂਟ ਇਲੈਕਸ਼ਨ ਇੱਕ ਅਲੱਗ ਚੀਜ਼ ਹੁੰਦੀ ਹੈ, ਉਹਦੇ ਵਿੱਚ ਕੋਈ ਇਹੋ ਜਿਹੀ ਕਿਸੇ ਨੂੰ ਮਤਲਬ
ਆਪਾਂ ਕਹਿੰਦੇ ਉਹਨੂੰ ਗ੍ਰਿਫਤਾਰ ਕੀਤਾ ਜਾਏ, ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿਉਂਕਿ ਸਾਹਿਬ, ਕਿਉਂਕਿ ਕਿਸਾਨ ਇਹ ਵੀ ਸੰਭਾਵਨਾ ਦੱਸ ਰਹੇ ਸੀਗੇ ਕਿਸਾਨ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕਰਨ ਦੀ ਫਿਰਾਕ 'ਚ ਸੀਗੇ ਏਅਰਪੋਰਟ ਦੇ ਨੇੜੇ ਤੇੜੇ, ਤਾਂ ਸਿਕਿਉਰਟੀ ਨੂੰ ਲੈ ਕੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ? ਨਹੀਂ, ਧਰਨਾ ਪ੍ਰਦਰਸ਼ਨ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ, ਨਾ ਕਿਸੇ ਨੂੰ ਕੋਈ ਕਿਸੇ ਨਾਲ ਕੀਤਾ ਹੀ ਅਸੀਂ ਕੋਈ ਐਕਸ਼ਨ ਕੀਤਾ ਇਹੋ ਜਿਹਾ, ਅਤੇ ਨਾ ਮਤਲਬ ਧਰਨੇ ਵਾਲੀ ਕੋਈ ਗੱਲ ਨਹੀਂ ਹੈਗੀ। ਸਿਕਿਉਰਟੀ ਸਾਡੀ ਅਸੀਂ ਬਿਲਕੁਲ ਏਅਰਪੋਰਟ ਦੀ ਏਰੀਏ ਦੇ ਵਿੱਚ ਅਸੀਂ ਕਿਸੇ ਕਿਸਮ ਦੀ ਕੋਈ ਵੀ ਗੱਲ ਨਹੀਂ ਮਨਜ਼ੂਰ ਕਰਦੇ, ਅਸੀਂ ਬਿਲਕੁਲ ਕਿਸੇ ਨੂੰ ਅਲਾਓ ਨਹੀਂ ਕਰਦੇ। ਸਰ, ਕੁਲਵਿੰਦਰ ਕੌਰ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਮੁੱਦੇ ਤੇ? ਉਹ ਅਸੀਂ ਉਹ ਸਾਰੀ ਗੱਲਬਾਤ ਕਰ ਰਹੇ ਹਾਂ, ਅਸੀਂ ਉਹਦੇ ਬਾਰੇ ਪੜਤਾਲ ਸਾਰੀ ਕਰ ਰਹੇ ਹਾਂ, ਡਿਟੇਲ ਜਿਹੜੀ ਉਹ ਬਾਅਦ 'ਚ ਦੱਸਾਂਗੇ ਅਸੀਂ, ਜੋ ਸਾਡੇ ਸਾਹਮਣੇ ਹੈਗੇ ਉਹਦੇ ਸਾਰਾ ਇਨਕੁਆਇਰੀ ਦਾ ਮੈਟਰ ਹੈ, ਉਹਦੇ ਬਾਰੇ ਹਜੇ ਡਿਸਕਲੋਜ਼ ਕਰਨਾ ਠੀਕ ਨਹੀਂ।